ਜਿਸ ਤਰ੍ਹਾਂ ਗੁਰਾਂ ਨੂੰ ਪੁਕਾਰਿਆ ਜਾਵੇ, ਕੁਝ ਇਸ ਤਰ੍ਹਾਂ ਗੁਰਾਂ ਨੂੰ ਪੁਕਾਰਿਆ ਜਾਵੇ ਕਿ ਹਰ ਜੀਵਾ ਵੱਲੋਂ ਵਾਹਿਗੁਰੂ ਵਾਹਿਗੁਰੂ ਉਚਾਰਿਆ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਹਿੰਦੇ ਕਿ ਵਾਹਿਗੁਰੂ ਨਾਮ ਦੇ ਨਾਲ ਜਹਾਨ ਚੱਲਦਾ, ਵਾਹਿਗੁਰੂ ਨਾਮ ਦੇ ਨਾਲ ਜਹਾਨ ਚੱਲਦਾ, ਥੱਲੇ ਧਰਤ ਤੇ ਉੱਤੇ ਅਸਮਾਨ ਚੱਲਦਾ। ਵਾਹਿਗੁਰੂ ਨਾਮ ਦੇ ਨਾਲ ਜਹਾਨ ਚੱਲਦਾ, ਥੱਲੇ ਧਰਤ ਤੇ ਉੱਤੇ ਅਸਮਾਨ ਚੱਲਦਾ ਕਿ ਉਹਦੇ ਰੋਕਿਆਂ ਰੁਕੇ ਖਲਕਤ ਸਾਰੀ, ਉਹਦੇ ਰੋਕਿਆਂ ਰੁਕੇ ਖਲਕਤ ਸਾਰੀ ਕਿ ਉਹਦੇ ਹੁਕਮ ਦੇ ਅੰਦਰ ਇਨਸਾਨ ਚੱਲਦਾ, ਕਿ ਉਹਦੇ ਹੁਕਮ ਦੇ ਅੰਦਰ ਇਨਸਾਨ ਚੱਲਦਾ। ਬਹੁਤ ਬਹੁਤ ਸ਼ੁਕਰੀਆ ਵਾਹਿਗੁਰੂ ਜੀ ਦੀ। ਪਿਆਰੀ ਸਾਜੀ ਨਵਾਜੀ ਸਾਧ ਸੰਗਤ ਜੀਓ, ਪੂਰੇ ਜਾਗਰੂਕ ਹੋ ਕੇ, ਪੂਰੇ ਚੇਤਨ ਹੋ ਕੇ ਆਪਾਂ, ਮੈਂ ਗੁਰੂ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸਿਫਤ ਦੇ ਵਿੱਚ, ਉਹਨਾਂ ਦੇ ਸਹਿੰਸਰ ਰੰਗ ਨੇ, ਉਹਨਾਂ ਦੇ ਕਿਰਦਾਰ ਦੇ ਸਹਿੰਸਰ ਰੰਗ ਨੇ, ਮੇਰੀ ਕਲਮ ਜਾਂ ਆਪਣੀ ਕਲਮ ਇੰਨੇ ਜੋਗੀ ਨਹੀਂ, ਫਿਰ ਵੀ ਇੱਕ ਗਜ਼ਲ ਦੇ ਚੰਦ ਸ਼ੇਰ ਮੈਂ ਤੁਹਾਡੇ ਸਾਹਮਣੇ ਤੁਹਾਡੀ ਨਜ਼ਰ ਕਰਾਂਗੀ। ਇਸ ਪਾਕ ਪਵਿੱਤਰ ਮੁਕੱਦਸ ਸਰਜ਼ਮੀਨ ਦੇ ਲੇਖੇ, ਮੇਰਾ ਇੱਕ ਇੱਕ ਅੱਖਰ ਇਸ ਸਰਜ਼ਮੀਨ ਦੇ ਨਾਵੇਂ ਉਸ ਗੁਰੂ ਜੀ ਦੀ ਹਜ਼ੂਰੀ ਦੇ ਵਿੱਚ। ਕਹਿੰਦੇ ਕਿ ਸ਼ਾਇਰ ਕਦੇ ਫਕੀਰ ਨੇ ਮੇਰੇ ਦਸ਼ਮ ਪਿਤਾ, ਸ਼ਾਇਰ ਕਦੇ ਫਕੀਰ ਨੇ ਮੇਰੇ ਦਸ਼ਮ ਪਿਤਾ, ਕਿ ਸੱਚਮੁੱਚ ਹੀ ਬੇਨਜ਼ੀਰ ਨੇ ਮੇਰੇ ਦਸ਼ਮ ਪਿਤਾ। ਸ਼ਾਇਰ ਕਦੇ ਫਕੀਰ ਨੇ ਮੇਰੇ ਦਸ਼ਮ ਪਿਤਾ, ਕਿ ਸੱਚਮੁੱਚ ਹੀ ਬੇਨਜ਼ੀਰ ਨੇ ਮੇਰੇ ਦਸ਼ਮ ਪਿਤਾ। ਸੂਲਾਂ ਦੀ ਸੇਜ ਹੋਵੇ ਜਾਂ ਮਹਿਲਾਂ ਦਾ ਰਾਜ ਭਾਗ, ਸੂਲਾਂ ਦੀ ਸੇਜ ਹੋਵੇ ਜਾਂ ਮਹਿਲਾਂ ਦਾ ਰਾਜ ਭਾਗ, ਹਰ ਹਾਲ ਉੱਚ ਦੇ ਪੀਰ ਨੇ ਮੇਰੇ ਦਸ਼ਮ ਪਿਤਾ, ਕਿ ਹਰ ਹਾਲ ਉੱਚ ਦੇ ਪੀਰ ਨੇ ਮੇਰੇ ਦਸ਼ਮ ਪਿਤਾ। ਭੀਖਾ ਜੋ ਸਿੱਖ ਕੌਮ ਦੀ ਪਹਿਲੀ ਸ਼ਹੀਦ ਸੀ, ਭੀਖਾ ਜੋ ਸਿੱਖ ਕੌਮ ਦੀ ਪਹਿਲੀ ਸ਼ਹੀਦ ਸੀ, ਉਸੇ ਦੇ ਅਣਖੀ ਵੀਰ ਨੇ ਮੇਰੇ ਦਸ਼ਮ ਪਿਤਾ, ਕਿ ਉਸੇ ਦੇ ਅਣਖੀ ਵੀਰ ਨੇ ਮੇਰੇ ਦਸ਼ਮ ਪਿਤਾ। ਪੁੱਤਰ ਸ਼ਹੀਦ ਹੋ ਗਏ ਚਮਕੌਰ ਦੀ ਗੜੀ, ਪੁੱਤਰ ਸ਼ਹੀਦ ਹੋ ਗਏ ਚਮਕੌਰ ਦੀ ਗੜੀ, ਪਰਨਾ ਵਹਾਉਂਦੇ ਨੀਰ ਨੇ ਮੇਰੇ ਦਸ਼ਮ ਪਿਤਾ, ਪਰਨਾ ਵਹਾਉਂਦੇ ਨੀਰ ਨੇ ਮੇਰੇ ਦਸ਼ਮ ਪਿਤਾ, ਕਿ ਬਾਣੀ ਗੁਰੂ ਗੁਰੂ ਹੀ ਹੈ ਬਾਣੀ, ਬਾਣੀ ਗੁਰੂ ਗੁਰੂ ਹੀ ਹੈ ਬਾਣੀ ਉਚਾਰਿਆ ਪੱਥਰ ਤੇ ਜੋ ਲਕੀਰ ਨੇ ਮੇਰੇ ਦਸ਼ਮ ਪਿਤਾ, ਕਿ ਪੱਥਰ ਤੇ ਜੋ ਲਕੀਰ ਨੇ ਮੇਰੇ ਦਸ਼ਮ ਪਿਤਾ। ਬਹੁਤ ਸ਼ੁਕਰੀਆ। ਹਰਫਾਂ ਦੇ ਬਾਦਸ਼ਾਹ ਨੇ ਰਚੀ ਚੰਡਿਕਾ ਦੀ ਵਾਰ, ਹਰਫਾਂ ਦੇ ਬਾਦਸ਼ਾਹ ਨੇ ਰਚੀ ਚੰਡਿਕਾ ਦੀ ਵਾਰ, ਕਿ ਰਾਗਾਂ ਚੋਂ ਵੀ ਅਮੀਰ ਨੇ ਮੇਰੇ ਦਸ਼ਮ ਪਿਤਾ, ਕਿ ਰਾਗਾਂ ਚੋਂ ਵੀ ਅਮੀਰ ਨੇ ਮੇਰੇ ਦਸ਼ਮ ਪਿਤਾ। ਆ ਸ਼ੇਰ ਤੁਹਾਡੇ ਸਾਰਿਆਂ ਦੀ ਨਜ਼ਰ ਕੀ, ਨਾਲੇ ਬਿਠਾ ਕੇ ਕੋਲ ਕਵੀਆਂ ਨੂੰ ਮਾਣ ਦੇ, ਨਾਲੇ ਬਿਠਾ ਕੇ ਕੋਲ ਕਵੀਆਂ ਨੂੰ ਮਾਣ ਦੇ, ਨਾਲੇ ਵਰੋਂ ਦੇ ਤੀਰ ਨੇ ਮੇਰੇ ਦਸ਼ਮ ਪਿਤਾ, ਕਿ ਖਾਲੀ ਕੋਈ ਨਾ ਪਰਤਿਆ ਇਸਦੇ ਦਵਾਰ ਤੋਂ।
ਖਾਲੀ ਕੋਈ ਨਹੀਂ ਪਰਤਿਆ ਇਸ ਦੇ ਦਵਾਰ ਤੋਂ। ਸੰਗਤੋ ਖਾਲੀ ਕੋਈ ਨਹੀਂ ਪਰਤਿਆ ਇਸ ਦੇ ਦਵਾਰ ਤੋਂ ਕਿ ਰਹਿਮਤ ਦੀ ਬਸ ਅਖੀਰ ਨੇ ਮੇਰੇ ਦਸ਼ਮ ਪਿਤਾ ਕੇ ਰਹਿਮਤ ਦੀ ਬਸ ਅਖੀਰ ਨੇ। ਖਾਲੀ ਕੋਈ ਨਹੀਂ ਪਰਤਿਆ ਇਸ ਦੇ ਦਵਾਰ ਤੋਂ, ਖਾਲੀ ਕੋਈ ਨਹੀਂ ਪਰਤਦਾ ਇਸ ਦੇ ਦਵਾਰ ਤੋਂ ਕਿ ਰਹਿਮਤ ਦੀ ਬਸ ਅਖੀਰ ਨੇ ਮੇਰੇ ਦਸ਼ਮ ਪਿਤਾ ਕੇ ਸ਼ਾਇਰ ਕਦੇ ਫਕੀਰ ਨੇ, ਮੇਰੇ ਦਸ਼ਮ ਪਿਤਾ ਕੇ ਸੱਚਮੁੱਚ ਹੀ ਬੇਨਜ਼ੀਰ ਨੇ, ਮੇਰੇ ਦਸ਼ਮ ਪਿਤਾ, ਮੇਰੇ ਦਸ਼ਮ ਪਿਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।